बिस्मिल्लाहिर्रहमानिर्रहीम। इब्तदा है रब्बे जलील के बबरकत नाम से, जो दिलों के भेद खूब जानता है, देखती आंखों सुनते कानों, वहीद अहमद का सलाम पहुंचे। माशाल्लाह, हुन नाश्ता कर लिया वा। नाश्ता करके ते बच्चे स्कूल चले आ, वो भी तुहानू दिखाने हैं, तैयार होकर स्कूल चले आ। ते वो स्कूल चल जाएंगे तो मैं तकरीबन कोई 70-80 पौधे जड़े आ किन्नुआ दे वो लाने हैं, वो भी तुहानू दिखावांगे। फिर उस तो बाद किन्नू जड़े वो बेचे आ, तो वो किन्नू तोड़ते हैं, वो भी तुहानू दिखावांगे। किन्नुआ का सारा अज निज़ाम जिहड़ा तुहाडे नाल शेयर करांगे, ते साडे नाल इंशाल्लाह जुड़े रहियो। वीडियो पूरी देखियो, शेयर भी करियो, ते चैनल में सब्सक्राइब भी करियो। जिस दोस्तों ने चैनल सब्सक्राइब नहीं किया वो भी प्लीज़ मेहरबानी करके मेरे चैनल में सब्सक्राइब कर। ते चलो फिर हम तुम बच्चे जो स्कूल जाते हैं तो फिर तुम वो भी दिखाने हैं। ਅਸੀਂ ਆ ਗਏ ਹਾਂ ਜੀ ਪੌਦੇ ਲਾਉਣ ਵਾਸਤੇ। ਇਹ ਦੇਖੋ ਜੀ, ਅਸੀਂ ਇਹਦਾ ਹੋਲ ਮਾਰ ਲਿਆ ਵਾ ਪੌਦੇ ਦਾ। ਇੱਥੇ ਨਿੰਬੂ ਲਾਵਾਂਗੇ। ਇਹ ਤੋੜੀ ਜਿਹੜੀ ਲੈਨ ਹੈਗੀ ਨਾ ਜੀ ਖਾਲੇ ਤੱਕ, ਇੱਥੇ ਨਿੰਬੂ ਲੱਗਣਗੇ ਜੀ। ਇੱਥੇ ਨਾਲ ਨਾਲ ਅੱਗੇ ਪੌਦੇ ਨਹੀਂ ਸੀ ਲਾਏ ਇੱਥੇ ਤੱਕ, ਬਾਕੀ ਇਹ ਪੌਦੇ ਅੱਗੇ ਲੱਗੇ। ਅਮਰੂਦ ਆ, ਕਿੰਨੂ ਆ, ਇਹ ਵੀ ਕਿੰਨੂ ਆ। ਅਤੇ ਕੁਛ ਜਿਹੜੇ ਆ ਪੌਦੇ ਜਿਹੜੇ ਹੈਗੇ ਨਾ ਵਿੱਚ ਨਾਗੇ ਸੀਗੇ। ਇਹ ਦੇਖੋ ਇੱਕ ਇਹ ਹੌਲ ਮਾਰਿਆ ਵਾ। ਇੱਥੇ ਅਸੀਂ ਕਿੰਨੂ ਦਾ ਪੌਦਾ ਲਾਵਾਂਗੇ। ਅਤੇ ਇਹ ਪੌਦੇ ਪਏ ਆ ਥੋੜ੍ਹੇ ਜਿਹੇ, ਮੈਂ ਲੈ ਕੇ ਆਇਆ, ਬਾਕੀ ਉੱਥੇ ਇਕੱਠੇ ਪਏ ਆ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਇਹ ਵਾ ਕੱਢਣ ਵਾਲੀ ਜਿਹੜੀ ਹੈ ਨਾ ਬੋਕੀ, ਕਹਿ ਲਓ ਕਿ ਪੌਦਾ ਲਾਉਣ ਵਾਲੀ ਜਿਹੜੀ ਹੈ ਨਾ ਜੀ, ਇਹ ਉਹ ਬੋਕੀ ਆ। ਇਹਦੇ ਨਾਲ ਥੱਲੇ ਹੋਲ ਮਾਰਦੇ ਹਾਂ, ਸਿਰਫ ਓਨਾ ਹੀ ਜਿੰਨੀ ਪੌਦੇ ਦੀ ਗਾਚੀ ਹੈਗੀ ਨਾ ਜੀ ਓਨਾ ਹੀ ਹੋਲ ਇਹਦਾ ਬਚੇਗਾ। ਐਕਸਟਰਾ ਜਿਹੜੀ ਆ ਸਾਈਡ ਤੋਂ ਕਿਸੇ ਤੋਂ ਵੀ ਕੋਈ ਜਗ੍ਹਾ ਜਿਹੜੀ ਆ ਉਹ ਜ਼ਿਆਦਾ ਨਹੀਂ ਪੱਟਣੀ ਪੈਗੀ। ਅੱਗੇ ਲੋਕ ਪੌਦੇ ਲਾਉਂਦੇ ਸੀ, ਕਹੀ ਦਾ ਇਸਤੇਮਾਲ ਕਰਦੇ ਸੀ ਜਾਂ ਬੋਲੇ ਦਾ ਇਸਤੇਮਾਲ ਕਰਦੇ ਸੀ। ਹੁਣ ਜਦੀਦ ਦੌਰ ਦੇ ਨਾਲ ਫਿਰ ਇਹ ਬੋਕੀ ਸਿਸਟਮ ਆ ਗਿਆ। ਉਹ ਦੋ ਤਿੰਨ ਦਫ਼ਾ ਮਾਰੀ ਦੀ, ਅਗਰ ਗਿੱਲੀ ਜਗ੍ਹਾ ਹੋਵੇ ਤਾਂ ਫਿਰ ਦੋ ਦਫ਼ਾ ਮਾਰਨ ਨਾਲ ਪੌਦਾ ਲੱਗ ਜਾਂਦਾ। ਅਗਰ ਸੁੱਕੀ ਜਗ੍ਹਾ ਹੋਵੇ ਤਾਂ ਫਿਰ ਤਕਰੀਬਨ 3-4 ਦਫ਼ਾ ਉਹ ਬੋਕੀ ਮਾਰਨੀ ਪੈਂਦੀ ਆ ਅਤੇ ਪੌਦਾ ਜਿਹੜਾ ਵਾ ਉਹ ਲੱਗ ਜਾਂਦਾ, ਪੌਦੇ ਦਾ ਜਿਹੜਾ ਹੋਲ ਆ ਪੂਰਾ ਹੋ ਜਾਂਦਾ। ਇਹ ਦੇਖੋ ਬਾਕੀ ਇਹ ਪੌਦੇ ਆ, ਇਨਸ਼ਾਅੱਲਾ ਅੱਜ ਇਹ ਪੌਦੇ ਅਸੀਂ ਲਾਵਾਂਗੇ, ਠੀਕ ਆ। ਫਿਰ ਸ਼ਾਮ ਨੂੰ ਜੇ ਅਗਰ ਦੂਸਰੇ ਬਾਗ ਦੇ ਵਿੱਚ ਗਏ ਤਾਂ ਫਿਰ ਉਹਦਾ ਵਿਊ ਤੁਹਾਨੂੰ ਕਰਾਵਾਂਗੇ। ਉਹਦੇ 'ਚ ਕਟਿੰਗ ਵੀ ਕਰਨੀ ਆ ਅਤੇ ਉਹਦੇ ਵਿੱਚ ਫਲ ਤੋੜਨਾ ਵੀ ਆ। ਇੱਧਰ ਵੀ ਇਹ ਬਾਕੀ ਇਹ ਰਾਏ ਦੇ ਵਿੱਚ ਪੌਦੇ ਆ, ਇਹ ਵੀ ਅਸੀਂ ਜਿਹੜਾ ਨਾ ਇੱਥੇ ਵੀ ਇਹ ਪੌਦੇ ਲਾਉਣੇ ਆ। ਉਹ ਪਰ ਇਹ ਸਾਡੇ ਗਾਉਂ ਦੀ ਵਾਟਰ ਸਪਲਾਈ ਆ, ਇੱਥੋਂ ਪਾਣੀ ਸਾਨੂੰ ਜਿਹੜਾ ਉਹ ਪੀਣ ਵਾਲਾ ਪਾਣੀ ਸਪਲਾਈ ਹੁੰਦਾ, ਨਾਲ ਟਰਾਂਸਫਾਰਮਰ ਲੱਗਾ ਵਾ, ਗੌਰਮੈਂਟ ਦੀ ਵਾਟਰ ਸਪਲਾਈ ਗੌਰਮੈਂਟ ਦੇ ਅਖਰਾਜਾਤ ਨਾਲ ਲੱਗੀ ਆ ਜੀ। ਚੱਲ ਵੀ ਰਫੀਕ ਲਾ ਪੌਦਾ। ਦੇਖੋ ਜੀ ਰਫੀਕ ਪੌਦਾ ਲਾ ਰਿਹਾ, ਪਹਿਲੇ ਥੋੜ੍ਹੀ ਜਿਹੀ ਟੋਇਆ ਜ਼ਿਆਦਾ ਵਾ, ਇਹ ਮਿੱਟੀ ਪਾਏਗਾ, ਉਸ ਤੋਂ ਬਾਅਦ ਇਹ ਪੌਦਾ ਲਾਏਗਾ। ਰਫੀਕ ਬੂਟੇ ਲਾ ਰਿਹਾ? ਹਾਂਜੀ ਹਾਂਜੀ ਬੂਟੇ ਲਾ ਰਿਹਾ। ਚਲੋ ਦੇਖੋ ਜੀ, ਚਾਚਾ ਇਕਬਾਲ ਆਏ ਇਹ ਪੌਦਿਆਂ ਨੂੰ। ਚਾਚਾ ਕੀ ਕਰਦਾ? ਪਾਣੀ ਪਾਈਆ ਪੌਦਿਆਂ ਨੂੰ, ਇਹਨੂੰ ਨਹੀਂ ਪਾਇਆ? ਆ ਦੇਖੋ ਪੌਦਾ ਲਾਤਾ ਵਾ, ਇਹਨੂੰ ਹਲੇ ਪਾਣੀ ਨਹੀਂ ਪਾਇਆ, ਤੇ ਪਾਣੀ ਹੋਣਾ ਚਾਚਾ ਲੈਣ ਜਾਂਦਾ ਪਿਆ ਪਾਣੀ, ਇਨਸ਼ਾਅੱਲਾ ਪਾਉਂਦੇ ਆ। ਤੇ ਪੌਦੇ ਲੱਗ ਗਏ ਸਾਰੇ, ਸਿਰਫ 10 ਕੁ ਰਹਿ ਗਏ ਆ। ਤੇ ਆ ਦੇਖੋ ਚਾਚਾ ਹੁਣ ਇਹਨਾਂ ਨੂੰ ਪਾਣੀ ਪਾਏਗਾ, ਪੌਦੇ ਸਾਰੇ ਲਾਤੇ ਆ। ਹਾਂਜੀ ਦੋਸਤੋ, ਅਸੀਂ ਆ ਗਏ ਹੁਣ ਬਾਗ ਦੇ ਵਿੱਚ, ਜਿੱਥੇ ਤੁਹਾਨੂੰ ਕਿ ਦੱਸਿਆ ਸੀਗਾ ਵੀ ਅੱਜ ਕਟਾਈ ਵੀ ਕਰਨੀ ਆ ਅਤੇ ਕਟਿੰਗ ਵੀ ਹੋਣੀ ਆ, ਅਤੇ ਪੌਦੇ ਕਿਨੂੰ ਤੋੜਨਾ ਵੀ। ਇਹ ਕਟਾਈ ਹੋਈ ਆ, ਬੰਦੇ ਕਰਕੇ ਛੁੱਟੀ ਕਰ ਕੇ ਚਲ ਗਏ ਆ। ਇਹ ਪੌਦੇ ਦੀ ਕਟਾਈ ਹੋਈ ਆ, ਕੀਤੀ ਆ ਉਹਨਾਂ ਨੇ। ਅਤੇ ਇੱਕ ਮਿੰਟ
ਇਹ ਪੀਟਰ ਰੱਖਿਆ, ਇਹ ਜਿਹੜਾ ਬਾਗ ਨੂੰ ਚੱਕ ਕੇ ਨਾ ਪਾਣੀ ਪਾਉਂਦੇ ਆ, ਇਹ ਪਾਣੀ ਸਟੋਰ ਕੀਤਾ, ਇਹ ਦੇਖੋ ਇੱਥੋਂ ਪਾਣੀ ਨਿਕਲਦਾ। ਇਹ ਅੱਗੇ ਖਾਲੀ ਬਣੀਆਂ, ਇਹ ਅਗਲੇ ਵਲੋਗ 'ਚ ਦੱਸਿਆ ਸੀ ਲੇਕਿਨ ਉਹ ਹੋਰ ਸੀ ਬਾਗ, ਅਤੇ ਆਪਣਾ ਦੂਸਰਾ ਵਾ। ਇਹ ਲੜਕੇ ਕਟਾਈ ਵੀ ਇੱਧਰ ਕਰਦੇ ਪਏ ਆ, ਕਿਨੂੰ ਤੋੜਦੇ ਪਏ ਆ, ਅਤੇ ਆ ਜਾਓ ਤੁਹਾਨੂੰ ਦਿਖਾਉਂਦੇ ਹਾਂ। ਹਾਂ ਵੀ ਭਾਈ ਦੇ ਸਮਾਨ ਕੀ ਹਾਲ ਆ, ਇਹ ਦੇਖੋ ਜੀ ਬੰਦੇ ਜਿਹੜੇ ਨਾ ਕਿੰਨੂੰ ਤੋੜਦੇ ਪਏ ਆ। ਹਾਂ ਬਈ ਕੀ ਹਾਲ ਆ ਤੇਰਾ। ਇਹ ਜੀ ਭਾਈ ਦਾ ਸਮਾਨ, ਨਵੀਦ ਭਾਈ ਦਾ ਸਮਾਨ। ਬਾਈ ਕੀ ਹਾਲ ਆ, ਕਿੰਨੂੰ ਤੋੜੀ ਜਾਂਦਾ? ਚਲੋ ਮਾਸ਼ਾਅੱਲਾ ਜੀ, ਮਾਸ਼ਾਅੱਲਾ ਕਿੰਨੂੰ ਬਹੁਤ ਪਿਆਰੇ ਲੱਗੇ ਆ ਜੀ। ਇਹ ਭਾਈ ਆਪਣੇ ਭਾਈ ਅਬਦੁੱਲਾ ਸਾਹਿਬ ਆ, ਇਹ ਅਬਦੁੱਲਾ ਸਾਹਿਬ। ਅਸਲਾਮ ਵਾਲੇਕਮ ਅਬਦੁੱਲਾ ਸਾਹਿਬ, ਕੀ ਹਾਲ ਆ, ਕਿੰਨਾ ਕੁ ਰਹਿ ਗਿਆ ਬਾਗ ਤੋੜਨ ਵਾਲਾ? ਬਾਗ ਬਸ ਅੱਧਾ ਕੁ ਟੁੱਟ ਗਿਆ ਵਾ। ਅੱਛਾ, ਕੁਛ ਰਹਿ ਗਿਆ ਵਾ, ਇਹਨਾਂ ਨੇ ਖਰੀਦਿਆ ਵਾ ਬਾਗ। ਭਾਈ ਜੀ ਕਿੰਨੇ ਦਾ ਲਿਆ ਬਾਗ? ਅੱਛਾ ਤੁਹਾਨੂੰ ਨਹੀਂ ਪਤਾ, ਚਲੋ ਜੀ ਅੱਲਾ ਬਾਗ ਤੁਹਾਨੂੰ ਲੈਣਾ ਦੇ। ਆਹ ਦੇਖੋ ਜੀ ਦੋਸਤੋ, ਮਾਸ਼ਾਅੱਲਾ ਕਿੰਨੂੰ ਬਹੁਤ ਜ਼ਿਆਦਾ ਮਾਸ਼ਾਅੱਲਾ ਕਿੰਨੂੰ ਲੱਗਾ ਵਾ, ਪੌਦਾ ਵੀ ਠੀਕ ਹੈਗਾ ਵਾ, ਅਤੇ ਕਿੰਨੂੰ ਵੀ ਦੇਖੋ ਮਾਸ਼ਾਅੱਲਾ ਹਾਲੇ ਲੱਗਾ ਵਾ। ਤਕਰੀਬਨ ਅੱਜ 15 ਫਰਵਰੀ ਹੋ ਗਈ ਆ, ਤਾਂ ਹਾਲੇ ਕਿੰਨੂੰ ਮਾਸ਼ਾਅੱਲਾ ਇਹਦੇ ਨਾਲ 8-10 ਦਿਨ ਦਾ ਕਿੰਨੂੰ ਹੈਗਾ ਵਾ ਜਿਹੜਾ ਹਾਲੇ ਤੋੜਨਾ ਵਾ। ਇਹ ਦੇਖੋ ਕਿੰਨੂੰ ਮਾਸ਼ਾਅੱਲਾ ਵੱਡਾ ਵੱਡਾ ਕਿੰਨੂੰ, ਇਹ ਦੇਖੋ ਕਿੰਨੂੰ। ਉਮੀਦ ਕਰਦੇ ਹਾਂ ਅੱਜ ਦਾ ਵਲੋਗ ਤੁਹਾਨੂੰ ਪਸੰਦ ਆਏਗਾ ਇਨਸ਼ਾਅੱਲਾ। ਵੀਡੀਓ ਅੱਛੀ ਲੱਗੇ ਕਮੈਂਟ ਕਰਕੇ ਦੱਸਿਓ, ਅਤੇ ਸ਼ੇਅਰ ਵੀ ਕਰਿਓ ਚੈਨਲ ਨੂੰ। ਅਗਰ ਦੋਸਤਾਂ ਨੇ ਕਿਸੇ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਨਾ, ਵੀਡੀਓ ਲਾਈਕ ਕਰਿਓ, ਅਤੇ ਦੁਆਵਾਂ 'ਚ ਯਾਦ ਰੱਖਿਓ। ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ, ਜਿਉਂਦੇ ਵਾਸਤੇ ਰਹੋ।